ਲਓ ਜੀ, ਫਸਟ ਮੀਲ ਆਫ ਦਾ ਡੇ, ਮਾਈ ਓਟ ਮੀਲ, ਚਾਰ ਹੋਲ ਐੱਗ, ਅਤੇ ਉਸਕੇ ਬਾਅਦ ਹਮਾਰੇ ਅਨਾਰ ਕੇ ਸਾਥ, ਆਜ ਫਰੂਟ ਮੇ ਹੈ ਸੇਬ ਐਪਲ, ਤੋ ਚਲੋ ਫਿਰ ਇੰਜੋਏ ਕਰਤੇ ਹੈ। ਲਓ ਜੀ, ਸਬਸੇ ਪਹਿਲਾ ਕਾਮ ਜੋ ਹੈ ਨਾ, ਵੋ ਆਪਕੋ ਪਤਾ ਹੈ, ਹਮ ਪਾਣੀ ਪੀਤੇ ਹੈ ਆਪਣਾ ਸਪਲੀਮੈਂਟ ਵਾਲਾ, ਗ੍ਰੀਨ ਸਪਲੀਮੈਂਟ ਵਿਦ ਕਰੇਲਾ ਪਾਊਡਰ, ਨਿੰਮ ਪਾਊਡਰ ਐਂਡ ਜਾਮਨੂ ਪਾਊਡਰ। ਬਹੁਤ ਹੀ ਕਮਾਲ ਕੀ ਚੀਜ਼ ਹੈ ਇਹ। ਅਬ ਹਮ ਕਰੇਂਗੇ ਆਪਣਾ ਬ੍ਰੇਕਫਾਸਟ, ਫਸਟ ਮੀਲ ਆਫ ਦਾ ਡੇ, ਉਸਕੇ ਬਾਅਦ ਦੇਖਤੇ ਹੈਂ ਆਗੇ ਕਾ ਕਿਆ ਸੀਨ ਹੈ। ਸੈਕਿੰਡ ਮੀਲ ਆਫ ਦਾ ਡੇ, ਕੱਦੂ ਟੀਂਡੇ ਪਾ ਕੇ, ਤੋ ਚਲੋ ਫਿਰ ਲੈਟਸ ਡੂ ਇਟ, ਕਿਉਂਕਿ ਭੁੱਖ ਬੜੀ ਤਗੜੀ ਲੱਗੀ ਔਰ ਉਸਕੇ ਬਾਅਦ ਮੋਬਾਈਲ ਕਾ ਪ੍ਰੋਗਰਾਮ ਬਣਾਤੇ। ਗਰਮੀ ਬਹੁਤ ਜ਼ਿਆਦਾ ਹੈ, ਲੇਕਿਨ ਫਿਰ ਵੀ ਮੌਸਮ ਸ਼ੌਸਮ ਦੇਖਤੇ ਹੈਂ ਔਰ ਮੋਬਾਈਲ ਕਾ ਸੀਨ ਦੇਖਤੇ ਹੈਂ ਕਿਆ ਹੈ ਆਜ। ਗਰਮੀ ਇਤਨੀ ਜ਼ਿਆਦਾ ਥੀ, ਹਮ ਘਰ ਸੇ ਨਿਕਲੇ ਔਰ ਪਹੁੰਚ ਗਏ ਸਿੱਧਾ ਬੀਚ ਕੇ ਉੱਪਰ। ਮੈਂ ਕਿਹਾ ਜੀ ਪਾਣੀ ਸ਼ਾਣੀ ਕੇ ਪਾਸ ਰਹਿਣਾ ਚਾਹੀਏ ਠੰਡੇ ਮੌਸਮ ਮੇਂ, ਕਿਉਂਕਿ ਗਰਮੀ ਜ਼ਿਆਦਾ ਅੱਛੀ ਨਹੀਂ ਹੋਤੀ ਆਪਕੇ ਲੀਏ, ਬਾਡੀ ਜੋ ਹੈ ਜ਼ਿਆਦਾ ਹਾਈਡਰੇਟਿਡ ਹੋ ਜਾਤੀ ਹੈ, ਡੀਹਾਈਡਰੇਸ਼ਨ ਕੇ ਮਸਲੇ ਬਣ ਜਾਤੇ ਹੈ, ਇਸ ਲਈ ਪਾਣੀ ਵਾਲੀ ਜਗ੍ਹਾ ਪੇ, ਠੰਡੀ ਜਗ੍ਹਾ ਪੇ ਜਾਣਾ ਚਾਹੀਏ। ਗਰਮੀਆਂ ਸਾਰੀ ਉੱਧਰ ਗੁਜ਼ਾਰੋ ਆਪਣੀ ਜਾ ਕੇ, ਠੀਕ ਹੈ, ਗਰਮ ਇਲਾਕੋਂ ਸੇ ਬਚੋ, ਆ ਜਾਓ ਫਿਰ ਚਲੀਏ ਜਲਦੀ। ਬੀਚ ਪੇ ਐਪਲ ਇੰਜੋਏ ਕਰ ਰਹੇ ਹਾਂ, ਫੁੱਲ ਇੰਜੋਏ। ਮੈਂ ਤੇ ਬਾਈ ਕੋ ਕਿਸ਼ਤੀ ਮੰਗਣ ਆਇਆ ਸਾਂ, ਉਹ ਕਹਿੰਦਾ ਯਾਰ ਇਹ ਚੋਂ ਹਵਾ ਨਿਕਲ ਜਾਂਦੀ ਹੈ। ਮੈਂ ਕਿਹਾ ਚਲੋ ਕੋਈ ਨੀ, ਅੱਜ ਜਾਣਾ ਨੀ ਪਾਣੀ ਦੇ ਵਿੱਚ, ਪਾਣੀ ਬੜਾ ਠੰਡਾ ਹੋ ਰਿਹਾ ਯਾਰ। ਅੱਜ ਤੇ ਵਾਵਾ ਮੌਸਮ ਗਰਮ ਆ, ਪਰ ਪਾਣੀ ਦੇ ਕੋਲ ਜਿਹੜਾ ਠੰਡ ਹੀ ਬਣੀ ਹੈ। ਦੂਜੇ ਪਾਸੇ ਦੇਖਣਾ ਲੱਗੇ ਕੀ ਆ ਬਾਈ, ਕੀ ਬਰਸਾਤ ਪਹੁੰਚੀ ਹੈ, ਦੂਜੇ ਪਾਸੇ ਨਜ਼ਰ ਹੀ ਕੁਛ ਨਹੀਂ ਆਉਂਦਾ, ਪਾਣੀ ਪਾਣੀ ਹੈ ਸਾਰਾ। ਇਹ ਲੇਕ ਅੱਜ ਸਮੁੰਦਰ ਹੋਵੇ ਤੇ ਫਿਰ ਕੀ ਬਣੇ ਇੱਥੇ। ਉਹ ਬਾਈ ਨੇ ਜ਼ਖਮ ਹਰੇ ਕਰਦੇ ਕਹਿੰਦਾ ਮੈਚ ਦਾ ਹਾਰੇ ਪਾਕਿਸਤਾਨ ਦਾ, ਤੇ ਯਾਰ ਬੇਇੱਜ਼ਤੀ ਕਰਾਤੀ ਤੁਸੀਂ ਸਾਰੇ ਹੋ ਸਾਡੀ। ਮੈਚ ਦਾ ਬਸ ਇਹੋ ਕਹਿਣਾ ਹੁੰਦਾ, ਆ ਮੈਚ ਦਾ ਬਸ ਯਾਰ ਹਾਰ ਗਏ। ਅਗਲੀ ਵਾਰੀ ਸਹੀ, ਕੋਈ ਨਾ, ਹਾਰਦੇ ਤਾਂ ਜਲਦੀ ਰਹੀ ਲਿਆ ਸਹੀ ਆ। ਇਹ ਦੇਖੋ ਇਹ ਡਕਸ ਕਿਤਨਾ ਇੰਜੋਏ ਕਰ ਰਹੀਆਂ। ਗਰਮੀ ਚੁਭਤੀ, ਗਰਮੀ ਆ ਗਈ, ਗਰਮੀ ਆਈਸਕ੍ਰੀਮ ਆਏ ਤੇ ਖਾਣੇ, ਤੋ ਚਲੋ ਮੈਂ ਕਿਹਾ ਫਿਰ ਬਾਸਕਿਨ ਰੋਬਨ ਪੇ ਚਲਤੇ ਹੈ, ਪਾਕਿਸਤਾਨ ਮੇਂ ਵੀ ਹਮ ਜਾਤੇ ਹੋਤੇ ਥੇ ਬਾਸਕਿਨ ਰੋਬਨ ਪੇ, ਇਸਲਾਮਾਬਾਦ ਮੇਂ ਹੈ, ਇਧਰ ਵੀ ਹਮਨੇ ਸੋਚਾ ਬਾਸਕਿਨ ਰੋਬਨ ਕੋ ਨਹੀਂ ਛੋੜਨਾ, ਆ ਜਾਓ ਚਲੀਏ, ਆਜ ਆਪਕੋ ਬਾਸਕਿਨ ਰੋਬਨ ਦਿਖਾਤੇ ਹੈਂ ਇਧਰ ਕਾ। ਲਓ ਜੀ ਇਹ ਜੇ ਬਾਸਕਿਨ ਰੋਬਨ, ਇਹ ਦੇਖ ਲਓ, ਇਧਰ ਨੁੱਕਰ ਪੇ ਛੋਟੀ ਸੀ ਦੁਕਾਨ ਕਾ ਨਾਮ ਬਾਸਕਿਨ ਰੋਬਨ ਹੈ, ਉੱਥੇ ਬਾਸਕਿਨ ਰੋਬਨ ਦੇ ਨਖਰੇ ਹੀ ਨਹੀਂ ਮੁੱਕਦੇ ਹੈਂ, ਏਡੀ ਵੱਡੀ ਦੁਕਾਨ ਬਣਾ ਛੱਡੀ ਉਹਨਾਂ, ਪੂਰਾ ਅੱਧਾ ਮਾਲ ਬਾਸਕਿਨ ਰੋਬਨ ਦੇ ਨਾਂ ਕਰ ਦਿੱਤਾ ਇਸਲਾਮਾਬਾਦ। ਇਧਰ ਦੇਖੋ ਬਾਸਕਿਨ ਰੋਬਨ ਕਾ ਕਿਸੇ ਕੋ ਪਤਾ ਹੀ ਨਹੀਂ, ਇਹ ਇਧਰ ਕਾ ਬਾਸਕਿਨ ਰੋਬਨ ਦੇਖ ਲਓ ਕਿਤਨਾ ਕੁ ਬੜਾ ਹੈ, ਉਧਰ ਜਨਾਬ ਉਹਨਾਂ ਨੇ ਬਾਸਕਿਨ ਰੋਬਨ ਕੇ ਨਾਮ ਤੇ ਪੂਰਾ ਅੱਧਾ ਮਾਲ ਬਾਸਕਿਨ ਰੋਬਨ ਕੋ ਦੇ ਦਿਆ ਹੋਇਆ। ਬਾਡੀ
ये इधर बनाते हैं बास्किन रॉबिन वाले कस्टमाइज केक शेक, ये आपकी बर्थडे शर्टे का प्लान हो ना तो ये बना के देते हैं आपको, सारे डिजाइन आप बना सकते हो। बच्चों के लिए जो है वो स्पेशल किस्म की ट्रीटमेंट देते हैं, ये चेक करो ठीक है। आपको कोई केक शेक बनवाना हो ना स्पेशल ऑर्डर पे बना के देंगे आपको, जैसी भी फोटो शोटो आपको छापनी है छाप देंगे, चेक करो जनाब। ओनली फॉर $10, नॉट बैड, एलिफेंट एडिशन, एलिगेंट एडिशन होता है एलिफेंट। ये देखो हैप्पी बर्थडे $41, वो $10 10 वाला कम ठीक है, $41 वाला नहीं सही। ये देखो डैड वाला भी है $10 $10 क्लास ऑफ 2010 कंग्रेचुलेशन बास्किन रॉबिन कंग्रेचुलेशन, मिली $5 $7। ये सारे बनाते हैं, ये भी देखो ये नाइस लग रहा थोड़ा मुझे, ये भी है एक। इसके बाद ये देखो ये है चॉकलेट चिप, यार ये मैं ट्राई करूँगा किस दिन इनका चॉकलेट चिप कुकी। तो ये हमने जो है वो ली अपने लिए, बाहर का वेदर यार थोड़ा सा नाइस हो गया तो हमने सोचा कौन वो ले के इनकी बाहर ये जगह बनी हुई है बैठने के लिए बास्किन रॉबिन वालों की, इधर ही हम बैठ के खाएंगे। तो
ਲੋ ਜੀ ਆਤੇ ਹੀ ਹਮਨੇ ਆਪਣੀ ਮੀਲ ਛੀਲ ਗਰਮ ਕਰ ਲਈ ਹੈ, ਠੀਕ ਹੈ, ਅਬ ਹਮ ਇਸਕੋ ਬੈਠ ਕੇ ਆਰਾਮ ਸੇ ਖਾਏਂਗੇ। ਮਿਲਤੇ ਹੈ ਆਪਕੋ ਨੈਕਸਟ ਵਲੌਗ ਮੇਂ, ਤਬ ਤੱਕ ਵੀਡੀਓ ਕੋ ਲਾਈਕ ਕਰ ਦੋ ਔਰ ਚੈਨਲ ਕੋ ਸਬਸਕ੍ਰਾਈਬ ਕਰ ਦੋ, ਠੀਕ ਹੈ, ਔਰ ਭੁੱਖ ਲੱਗੀ ਹੈ।